ਆ ਠੱਪ ਬਾਂਡੇ ਸਾਰੇ ਮੇਰੇ ਕੋਲ ਪੈਸੇ ਹੁੰਦੇ ਤੇ ਇੱਥੇ ਨਾ ਮਰਦਾ ਲੈ ਕਹਿੰਦੀ ਜਦੋਂ ਪੈਸੇ ਨਾ ਹੁੰਦੇ ਇੱਥੇ ਨਾ ਮਰਦਾ ਜਿਹੜੇ ਇੱਥੇ ਬੈਠੇ ਸਾਰੀ ਉਹ ਬੜਾ ਕੁਛੜ ਚੁੱਕ ਲੈ ਤੂੰ ਦੁਨਾਰੀ ਚਲਾਈ ਆ ਨਾ ਜਿੰਨੀ ਮਰਜ਼ੀ ਗੋਲੀ ਚਲਾ ਤੇਰੇ ਕੋਲ ਤਾਂ ਗੋਲੀਆਂ ਚਲਾਉਣ ਵਾਲੀ ਜਗ੍ਹਾ ਵੀ ਵਾਹਵਾ ਭਾਵੇਂ ਇਧਰੋਂ ਚਲਾ ਭਾਵੇਂ ਇਧਰੋਂ ਚਲਾ ਗੋਲੀ ਖਾਂਦੇ ਤਾਂ ਘਰ ਹੀ ਸਰਨੀ ਤੁਹਾਡੀ ਧਮਾਲ ਆ ਹੋ ਜਾਣੀ ਆ ਧਮਾਲ ਨਾ ਮੈਂ ਫੜਿਆ ਸੀ
ਫਿਰਦੇ ਫਿਰ ਉਹ ਕਮੀਜ਼ਾਂ ਲਾ ਕੇ ਫਿਰਦੇ। ਸਾਲੀਆ ਤੂੰ ਤਾਂ ਟੂਲ ਪਲਾਜ਼ਾ ਨਹੀਂ ਅੱਗੋਂ ਪਾਰ ਕਰਦੀ ਜਦੋਂ ਤੱਕ 50,000 ਤੇਰੇ ਅਕਾਊਂਟ 'ਚ ਨਾ ਜਾਵੇ। ਉਹ ਤੈਨੂੰ ਸ਼ਰਾਬਾਂ ਪੀਣੀਆਂ ਪੈਣੀਆਂ ਸੀ ਸਾਲੀਆ, ਬੰਦੇ ਤਾਂ ਦੇਖ ਕਿੰਨੇ ਬੈਠੇ। ਓਏ ਆ ਬੰਦਿਆਂ ਨੂੰ ਵੇਖ ਲਓ, ਉਹ ਇੱਕ ਦੂਸਰੇ ਨੂੰ ਜੱਫੀ ਪਾਈ ਜਾਣ ਡੈ ਘਬਰਾ ਕੇ। ਓਏ ਤੂੰ ਕਿਉਂ ਨਹੀਂ ਛੁੱਟਦਾ, ਓਏ ਕਿਉਂ ਨਹੀਂ ਛੁੱਟਦਾ, ਇਹ ਖੋਤੇ ਦਾ ਬੱਚਾ ਕਿਉਂ ਨਹੀਂ ਛੁੱਟਦਾ, ਮੈਂ ਛੁੱਟ ਜਾਣਾ ਹੈਗੀ ਓਏ। ਇਹ ਮੈਨੂੰ ਲੱਗਦਾ ਆ ਨਹੀਂ ਛੁੱਟਦਾ, ਇਹ ਮੈਨੂੰ ਲੱਗਦਾ ਆਪਣਾ ਜ਼ੇਹਨ ਨਹੀਂ ਉਧਰ ਲਿਜਾਣ ਡਿਆ। ਇਹ ਜ਼ੇਹਨ ਲਿਜਾ ਵੇਹਾ, ਇਹਦਾ ਵਾਰਾ ਸੇ ਗੰਜਾ ਕਿਉਂ ਹੋਇਆ, ਕਿਉਂ ਕੰਨ 'ਚ ਵੱਜਦਾ ਰਿਹਾ। ਸਾਡਾ ਆਪਣਾ ਬੰਦਾ ਤੇ ਹੁੰਦਾ ਹੀ ਨਹੀਂ, ਲੋਕਾਂ ਦੇ ਬੰਦੇ ਸਾਡੇ ਹੀ ਬੰਦੇ। ਓ ਜੀ ਓਏ ਇੰਨੇ ਬੰਦੇ ਸਾਡੇ, 3-4 ਘੰਟੇ ਸਾਹ ਚੜਿਆ ਰਹਿੰਦਾ ਮੰਮੀ ਸਾਡੀ ਵਾਕਿਆ ਤੇ। ਸਾਡੇ ਦੇ ਆਪਣੇ ਬੰਦੇ ਦੀ ਵਾਰੀ 6 ਮਹੀਨੇ ਬਾਅਦ ਆਉਂਦੀ। ਬੰਦੇ ਦੀ ਵਾਰੀ 6 ਮਹੀਨੇ ਬਾਅਦ ਆਉਂਦੀ ਤੇ 6 ਮਹੀਨੇ ਬਾਅਦ ਸਾਰਾ ਹੀ ਆਕੜ ਕੇ ਫਿਰਦਾ ਹੁੰਦਾ, ਮੇਰੀ ਵਾਰੀ ਆ ਜਾਣੀ ਅੱਜ, ਓਏ ਅੱਜ ਮੇਰੀ ਵਾਰੀ ਆ ਜਾਣੀ, ਅੱਜ ਮੈਂ ਤੂੜਾ ਪਟਣੀਆਂ ਨੂੰ, ਅੱਜ 6 ਮਹੀਨਿਆਂ ਬਾਅਦ ਫੋਨ ਆਇਆ ਤੇਰਾ ਮੁੰਡਿਆਰੇ ਹੈ। ਹੈਲੋ ਸੂਫੀ ਸਾਹਿਬ, ਕਿਹੜੇ ਕੰਮਾਂ 'ਚ ਪੈ ਗਏ, ਗੋਲਾ ਤੋਂ ਵੱਲ ਧਿਆਨ ਦਿਓ ਤੁਸੀਂ। ਆਪਣਾ ਬੰਦਾ 6 ਮਹੀਨੇ ਬਾਅਦ ਛਡਾਉਣੀ। ਆਪਣੀ ਵਾਕਫੀਅਤ ਹੈ ਪਹਿਲਾਂ SHO ਸਾਹਿਬ ਆਪਣੇ ਵਾਕਫ ਨੇ। ਅੱਛਾ ਜੀ, ਹਾਂ ਚੱਲ ਯਾਰ ਮੇਰੀ ਅੰਮੀ ਨੂੰ ਲੋ। SHO ਸਾਹਿਬ ਤੁਸੀਂ ਮੈਨੂੰ ਦੱਸੋ ਇਹਦੀ ਅੰਮੀ ਦਾ ਕੀ ਕੀ ਹੋਇਆ, ਉਹ ਕੀ ਹੋਇਆ, ਮੈਨੂੰ ਤਾਂ ਫੋਨ ਚੱਲਦਾ ਹੋ ਗਿਆ, ਉਹ ਦੇਖੋ ਲੋ ਫਟਕੜੀ ਨਿਕਲੀ। ਉਹ ਕਿਵੇਂ ਨਿਕਲੀ ਆ, ਐਡਾ ਪਾਗਲ ਹੀ ਹੈ ਮੈਂ। ਇਹ ਕੱਲ ਚੌਂਕ 'ਚ ਗਾਣਾ ਗਾਈ ਜੇ ਕਿਹੜਾ, ਜੀ ਕਰਦਾ ਬਈ ਜੀ ਕਰਦਾ, ਮੇਰੇ ਇੱਕ ਪਠਾਨ ਨੇ ਸੁਣ ਲਿਆ। ਅੱਛਾ, ਉਹਨੇ ਕਿਹਾ ਹਰੇ ਵਿਚਾਰੇ ਦਾ ਕਿੰਨਾ ਕੁ ਕਰਦਾ, ਐ ਵੀ ਉੱਥੇ ਖਲੋਤਾ ਰਹੀ ਜੇ। ਅੱਛਾ, ਕਹਿੰਦੇ ਤੈਨੂੰ ਕੀ ਐ, ਮੇਰਾ ਤੇ ਜੀ ਵੀ ਨਹੀਂ ਸੀ ਕਰਦਾ।